ਖੁਦਕੁਸ਼ੀ ਦੇ ਜਿਹੜੇ ਖਿਆਲ ਆਉਣ ਲੱਗਦੇ ਹੈਗੇ, ਉਹ ਬੰਦਾ ਖੁਦਕੁਸ਼ੀ ਨਹੀਂ ਕਰਦਾ, ਉਹ ਸੋਚੀ ਸਮਝੀ ਸਿਸਟਮ ਨੇ ਇੱਕ ਕਤਲ ਕੀਤਾ ਉਹਦਾ। ਸ਼ਰੇਆਮ ਇਹ ਦੱਲੇ ਆ, ਇਹਨਾਂ ਨੇ ਸਰਕਾਰਾਂ, ਇਹਨਾਂ ਨੇ ਅਮੀਰ ਲੋਕਾਂ ਦੇ ਪੈਸੇ ਖਾਧੇ ਹੋਏ ਆ। ਪੁਲਿਸ ਸਿੱਧੀ ਤੇ ਸਿੱਧੀ ਉਹਨਾਂ ਵੱਲ ਖੜੀ ਆ, ਸਾਡੇ ਨਾਲ ਦੇ ਮੁੰਡੇ ਦਾ ਸਿਰ ਪਾੜਦਾ ਹਰਮਨ ਦਾ, ਤੇ ਉਹ ਪੁਲਿਸ ਵਾਲਾ ਕਹਿ ਰਿਹਾ ਕਿ ਡਿੱਗ ਕੇ ਪਾਟ ਗਿਆ, ਉਹ ਸੁਰਜੀਤ ਖਾਨ ਨੇ ਮੇਰੇ ਗਲਮੇ 'ਚ ਹੱਥ ਪਾਇਆ। ਤੇ ਭਾਜੀਆਂ ਨੂੰ ਬਾਣ ਇੱਕੋ ਜਿਹੀ ਹੁੰਦੀ ਆ, ਆਹ ਡਾਂਗਾ ਡੂੰਗਾ ਕਿਤੇ ਨਹੀਂ ਰਹਿੰਦਾ। ਅਕਸਰ ਅਸੀਂ ਸੁਣਦੇ ਆ ਰਹੇ ਹਾਂ ਕਿ ਕਾਨੂੰਨ ਸਾਡੀ ਸੁਰੱਖਿਆ ਤੇ ਇਨਸਾਫ ਦੇਣ ਲਈ ਹੈ, ਪਰ ਜਦੋਂ ਲੋਕ ਆਪਣੇ ਹੱਕਾਂ ਤੇ ਇਨਸਾਫ ਲਈ ਸੜਕਾਂ ਤੇ ਉਤਰ ਜਾਂਦੇ ਨੇ ਤਾਂ ਆਹੀ ਕਾਨੂੰਨ ਲੋਕਾਂ ਨੂੰ ਇਨਸਾਫ ਤਾਂ ਕੀ ਦੇਣਾ, ਸਗੋਂ ਲੋਕਾਂ ਤੇ ਜਾਨਵਰਾਂ ਵਾਂਗ ਸਲੂਕ ਕੀਤਾ ਜਾਂਦਾ। ਜੀ ਹਾਂ, ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਹੈ ਬਰਨਾਲਾ ਵਿੱਚ, ਜਿੱਥੇ ਪੁਲਿਸ ਵੱਲੋਂ ਧਰਨਾ ਦੇ ਰਹੇ ਲੋਕਾਂ ਤੇ ਲਾਠੀ ਚਾਰਜ ਕੀਤਾ ਗਿਆ। ਕੀ ਹੈ ਪੂਰਾ ਮਾਮਲਾ ਇਹ ਵੀ ਦੱਸਦੇ ਹਾਂ, ਪਹਿਲਾਂ ਵੇਖੋ ਇਹ ਵੀਡੀਓ। ਦਰਅਸਲ ਬਰਨਾਲਾ ਦੇ ਧਨੌਲਾ ਵਿੱਚ ਕੋਆਪਰੇਟਿਵ ਸੁਸਾਇਟੀ ਦੇ ਮੈਨੇਜਰ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਹੋਰ ਲੋਕਾਂ ਵੱਲੋਂ ਬਠਿੰਡਾ ਚੰਡੀਗੜ੍ਹ ਹਾਈਵੇ ਜਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਤੇ ਇਸ ਦੇ ਪ੍ਰਦਰਸ਼ਨਕਾਰੀਆਂ ਨੂੰ ਵਾਰ ਵਾਰ ਸੜਕ ਜਾਮ ਕਰਨ ਤੋਂ ਰੋਕਿਆ ਵੀ ਗਿਆ, ਜਿਹਦੇ ਚਲਦੇ ਪੁਲਿਸ ਨੇ ਧਰਨਾਕਾਰੀਆਂ ਤੇ ਲਾਠੀ ਚਾਰਜ ਕਰ ਦਿੱਤਾ, ਜਿਸ ਵਿੱਚ ਕਈ ਜ਼ਖਮੀ ਹੋ ਗਏ, ਜਿਹਦੇ ਚਲਦੇ ਧਰਨਾਕਾਰੀਆਂ ਨੇ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਉਹਨਾਂ ਦੀ ਚੰਗੀ ਤਰ੍ਹਾਂ ਰੇਲ ਬਣਾਈ ਹੈ। ਇਹ ਮੇਰੇ ਪਿਤਾ ਜੀ ਸੀ, ਸਰਦਾਰ ਹਰਮੇਲ ਸਿੰਘ ਭੋਲਾ ਜੀ, ਤੇ ਅਸੀਂ ਇੱਥੇ ਧਰਨਾ ਤਾਂ ਲਾਇਆ ਜੀ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਕਾਰਵਾਈ ਕੋਈ ਨਹੀਂ ਕੀਤੀ ਜੀ, ਬਸ ਇੱਕ FIR ਲੌਜ ਕਰਤੀ ਪੁਲਿਸ ਨੇ। ਜਦੋਂ ਉਹਨੂੰ ਫੋਨ ਕਰਕੇ ਪੁੱਛਿਆ ਗਿਆ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ, ਕਹਿੰਦੇ ਉਹ ਜਿੰਦੇ ਲਾ ਕੇ ਭੱਜ ਗਏ ਜੀ। ਬਸ ਕੋਈ ਘਟਨਾ ਦਾ ਕੋਈ ਨਹੀਂ ਵਾਪਰੀ, ਇਹ ਕਮੇਟੀ ਮੈਂਬਰਾਂ ਵੱਲੋਂ ਟੋਰਚਰ ਕੀਤਾ ਗਿਆ ਸੀ ਫਾਦਰ ਸਾਹਿਬ ਨੂੰ ਕਿਸੇ ਗੱਲ 'ਤੇ ਜੀ, ਜਿਹੜੀ ਕਿ ਇਹਨਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਅਤੇ ਇਹਨਾਂ ਨੂੰ ਅਪਸ਼ਬਦ ਬੋਲੇ ਗਏ ਨੇਗੇ, ਪੂਰਾ ਜਲੀਲ ਕੀਤਾ ਗਿਆ ਭਰੀ ਸਭਾ ਦੇ ਵਿੱਚ, ਅਤੇ ਉਹ ਆਪਦੀ ਬੇਇੱਜ਼ਤੀ ਨਾ ਬਰਦਾਸ਼ਤ ਕਰਦੇ ਹੋਏ ਇਹ ਜ਼ਹਿਰੀਲੀ ਚੀਜ਼ ਖਾ ਕੇ ਆਪਦੇ ਆਪ ਨੂੰ ਮਾਰਨਾ ਮੁਨਾਸਿਬ ਸਮਝਿਆ ਉਹਨਾਂ ਨੇ। ਅੱਜ ਸਾਡੀਆਂ ਮੰਗਾਂ ਇਹੀ ਨੇ ਜੀ ਵੀ ਜਲਦੀ ਤੋਂ ਜਲਦੀ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਜੋ ਬਣਦੇ ਮੁਆਵਜ਼ੇ ਨੇ ਸਾਨੂੰ ਦਿੱਤਾ ਜਾਵੇ, ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਨੂੰ ਸਾਡੇ ਨੂੰ ਨੌਕਰੀ ਦਿੱਤੀ ਜਾਵੇ। ਸਾਫ਼ ਜੀ ਗੱਲ ਹੈ ਵੀ ਜਿਹੜਾ ਸਾਡਾ ਦੋਸਤ ਹੈਗਾ ਉਹਦੇ ਪਾਪਾ ਅੰਕਲ ਜਿਨ੍ਹਾਂ ਨੂੰ ਅਸੀਂ ਵੀ ਬਹੁਤ ਚੰਗੇ ਤਰੀਕੇ ਨਾਲ ਜਾਣਦੇ ਹਾਂ ਅਤੇ ਉਹ ਬਹੁਤ ਇਮਾਨਦਾਰ ਰਹੇ ਹੈਗੇ ਅਤੇ ਉਹ ਹਮੇਸ਼ਾ ਲੋਕਾਂ ਦੇ ਕੰਮਾਂ ਨੂੰ ਆਪਦਾ ਪੈਸਾ ਖਰਚ ਕਰਕੇ ਲੋਕਾਂ ਦੇ ਕੰਮ ਕਰਦੇ ਰਹੇ ਆ ਅਤੇ ਜਿਹੜਾ ਗੋਦਾਮ ਬਣਾਇਆ ਗਿਆ ਉਹਨਾਂ ਨੇ ਆਪਦਾ ਘਰ ਵੇਚ ਕੇ ਆਪਦਾ ਨਵੇਂ ਘਰ 'ਤੇ ਲੋਨ ਲੈ ਕੇ ਉਹ ਗੋਦਾਮ 'ਤੇ ਪੈਸਾ ਲਾਇਆ ਅਤੇ ਕਮੇਟੀ ਨੇ ਇਸ ਭਰੋਸੇ 'ਤੇ ਉਹਨਾਂ ਤੋਂ ਖਰਚਾ ਲਵਾਇਆ ਸੀ ਵੀ ਅਸੀਂ ਜਦੋਂ ਸਰਕਾਰੀ ਫੰਡ 'ਚੋਂ ਤੁਹਾਡਾ ਸਾਰਾ ਵਾਪਸ ਕਰਾਂਗੇ ਅਤੇ ਜਿਹੜਾ ਗੁਰਦੀਪ ਗੁਰਜੰਟ ਸੰਜੇ ਅਤੇ ਇੱਕ ਉਹਨਾਂ ਨਾਲ ਹੋਰ ਆ ਉਹ ਚਾਰ ਐਨ ਮੌਕੇ 'ਤੇ ਮੁੱਕਰ ਗਏ। 6 ਮਹੀਨਿਆਂ ਤੋਂ ਉਹ ਲਗਾਤਾਰ ਉਹਨਾਂ ਨੂੰ ਮੈਂਟਲ ਟੋਰਚਰ ਕਰ ਰਹੇ ਆ। ਮੈਂ ਇੱਕ ਕਾਊਂਸਲਰ ਵੀ ਹਾਂ ਅਤੇ ਮੈਨੂੰ ਪਤਾ ਵੀ ਇੱਕ ਜਦੋਂ ਤੁਸੀਂ ਬੰਦੇ ਨੂੰ ਮੈਂਟਲ ਟੋਰਚਰ ਕਰਦੇ ਹੋ ਜਦੋਂ ਉਹਦੇ ਦਿਮਾਗ 'ਚ ਖੁਦਕੁਸ਼ੀ ਦੇ ਜਿਹੜੇ ਖਿਆਲ ਆਉਣ ਲੱਗਦੇ ਹੈਗੇ, ਉਹ ਬੰਦਾ ਖੁਦਕੁਸ਼ੀ ਨਹੀਂ ਕਰਦਾ, ਉਹ ਸੋਚੀ ਸਮਝੀ ਸਿਸਟਮ ਨੇ ਇੱਕ ਕਤਲ ਕੀਤਾ ਉਹਦਾ। ਅਤੇ ਜਦੋਂ ਅਸੀਂ ਡਿਮਾਂਡ ਕਰ ਰਹੇ ਹਾਂ, ਕੱਲ੍ਹ 1 ਵਜੇ ਤੋਂ ਲੈ ਕੇ ਪੁਲਿਸ ਨੂੰ ਕੋਈ ਸੁਰਤ ਨਹੀਂ ਹੈਗੀ, ਪ੍ਰਸ਼ਾਸਨ ਨੂੰ ਕੋਈ ਸੁਰਤ ਨਹੀਂ, 8 ਵਜੇ ਤੱਕ ਕੁਛ ਨਹੀਂ ਪਤਾ ਚੱਲਦਾ। ਅੱਜ ਅਸੀਂ ਉੱਥੇ ਡੈੱਡ ਬਾਡੀ ਲੈ ਕੇ 1.5 ਘੰਟਾ ਬੈਠੇ ਰਹੇ, ਕਿਸੇ ਨੂੰ ਕੁਛ ਨਹੀਂ ਪਤਾ ਚੱਲਦਾ। ਹੁਣ 5 ਮਿੰਟਾਂ ਦੇ ਵਿੱਚ ਇੱਥੇ ਕਿਵੇਂ ਗੱਡੀਆਂ ਆ ਗਈਆਂ? ਸ਼ਰੇਆਮ ਇਹ ਦੱਲੇ ਆ, ਇਹਨਾਂ ਨੇ ਸਰਕਾਰਾਂ, ਇਹਨਾਂ ਨੇ ਅਮੀਰ ਲੋਕਾਂ ਦੇ ਪੈਸੇ ਖਾਧੇ ਹੋਏ ਆ। ਪੁਲਿਸ ਸਿੱਧੀ ਤੇ ਸਿੱਧੀ ਉਹਨਾਂ ਵੱਲ ਖੜੀ ਆ, ਸਾਡੇ ਨਾਲ ਦੇ ਮੁੰਡੇ ਦਾ ਸਿਰ ਪਾੜਤਾ ਹਰਮਨ ਦਾ, ਅਤੇ ਉਹ ਪੁਲਿਸ ਵਾਲਾ ਕਹਿ ਰਿਹਾ ਕਿ ਡਿੱਗ ਕੇ ਪਾਟ ਗਿਆ, ਉਹ ਸੁਰਜੀਤ ਖਾਨ ਨੇ ਮੇਰੇ ਗਲਮੇ 'ਚ ਹੱਥ ਪਾਇਆ। ਜਿਹੜੇ ਵੱਡੀਆਂ ਗੱਲਾਂ ਕਰਦੇ ਆ ਕੁੜੀਆਂ ਦੀਆਂ ਇੱਜ਼ਤਾਂ ਦੀ, ਅਤੇ ਹੁਣ ਇਹਨਾਂ ਨੇ 1 ਮਿੰਟ 'ਚ ਆਪਦਾ ਸੁਰਜੀਤ ਖਾਨ ਗਾਇਬ ਵੀ ਕਰਤਾ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਨਹੀਂ ਹੱਥੇ ਲੋਕਾਂ ਦੇ ਉੱਤੇ ਇਹਨਾਂ ਨੂੰ ਉਹ ਕਰਦੇ ਹਨ, ਪਰ ਇੱਕ ਗੱਲ ਇਹ ਵੀ ਸਾਫ਼ ਸਾਫ਼ ਹੈ ਵੀ ਪੁਲਿਸ ਨੂੰ ਇਹ ਭੁਲੇਖਾ, ਪੁਲਿਸ ਨੂੰ ਵੀ ਅਤੇ ਉਹ ਧਨਾਡਾ ਨੂੰ ਵੀ ਸ਼ਰੇਆਮ ਕੱਢ ਦੇਣਾ ਚਾਹੀਦਾ ਵੀ ਅਸੀਂ ਸਿੱਖੀ ਦੇ ਬੰਦਾ ਬਹਾਦਰ ਸਿੰਘ ਦੇ ਉਹਨਾਂ ਅਸੀਂ ਉਹਨਾਂ ਦੇ ਵਾਰਸ ਹੈਗੇ ਅਤੇ ਭੱਜਦਿਆਂ ਨੂੰ ਬਾਣ ਇੱਕੋ ਜਿਹੀ ਹੁੰਦੀ ਆ, ਆਹ ਡਾਂਗਾਂ ਡੂੰਗਾਂ ਕਿਤੇ ਨਹੀਂ ਰਹਿਣੀਆਂ ਹੈਗੀਆਂ। ਫਿਰ ਇਹਨਾਂ ਨੂੰ ਵੀ ਪਤਾ ਨਹੀਂ ਲੱਗਣਾ ਵੀ ਅਸੀਂ ਕਿੱਧਰ ਨੂੰ ਭੱਜੀਏ।
ਪੁਲਿਸ ਨਾਲ ਵੀ ਜਦੋਂ ਕੁਛ ਹੁੰਦਾ ਹੁੰਦਾ ਨਾ ਆਮ ਲੋਕ ਹੀ ਆ ਕੇ ਖੜਦੇ ਹੁੰਦੇ ਆ ਜਦੋਂ ਉਹਨਾਂ ਨਾਲ ਵੀ ਜਦੋਂ ਉਹਨਾਂ ਦੇ ਉੱਚ ਦਰਜੇ ਦੇ ਅਧਿਕਾਰੀ ਧੱਕਾਸ਼ਾਹੀ ਕਰਦੇ ਤੇ ਜਿਹੜੀ ਇਹ ਸਹਿੰਦੇ ਆ ਇਹ ਜਿਹੜੇ ਚੰਦ ਪੈਸੇ ਲੈ ਕੇ ਉਹਨਾਂ ਦੇ ਦੱਲੇ ਬਣੇ ਖੜੇ ਆ ਨਾ ਜੇਬਾਂ ਗਰਮ ਕਰਕੇ ਇਹਨਾਂ ਲਈ ਵੀ ਕਿਤੇ ਕੁਛ ਨਹੀਂ ਰੱਖਿਆ ਹੈਗਾ। ਆਹ ਦੇਖੋ ਮੇਰੇ, ਆਹ ਦੇਖੋ ਸੱਟ ਲੱਗੀ ਹੋਈ ਮੇਰੇ ਗਲਮੇ 'ਚ, ਹੱਥ ਪਾਇਆ ਸੁਰਜੀਤ ਖਾਨ ਨੇ ਬਕਾਇਦਾ ਇੱਥੋਂ ਫੜ ਕੇ ਖਿੱਚਿਆ ਮੈਨੂੰ ਜਦੋਂ ਅਸੀਂ ਹਰਮਨ ਦੇ ਜਿਹਦਾ ਸਿਰ ਪਾੜਿਆ ਪਿਆ ਸੀ ਜਦੋਂ ਉਹਨੂੰ ਕੁੱਟ ਰਿਹਾ ਸੀਗਾ ਅਤੇ ਉਹ ਤੋਂ ਬਾਅਦ ਉਹ ਗਾਇਬ ਕੀਤਾ ਇੱਥੋਂ ਇਹਨਾਂ ਨੇ, ਸੁਰਜੀਤ ਖਾਨ ਗਾਇਬ ਹੈ ਇੱਥੋਂ ਇਸ ਟਾਈਮ ਹੈ ਨਹੀਂ ਉਹ ਇੱਥੇ ਅਤੇ ਉਦੋਂ ਦੇ ਲਾਰੇ ਲਾਈ ਜਾਂਦੇ ਆ ਵੀ ਹੁਣ ਬੁਲਾਉਣੇ ਆ ਉਦੋਂ ਬੁਲਾਉਣੇ। ਬਸ ਸਾਫ਼ ਗੱਲ ਹੈ ਤਾਂ ਬਹੁਤ ਜੀ ਸਿੱਧੀ ਅਤੇ ਸਾਫ਼ ਗੱਲ ਹੈ ਵੀ ਸਾਡੇ ਕੋਲ ਖੋਣ ਲਈ ਕੁਛ ਨਹੀਂ ਹੈਗਾ, ਅਸੀਂ ਡਾਂਗਾਂ ਤੋਂ ਨਹੀਂ ਲੜਦੇ, ਸਾਡੀ ਇੱਕ ਲਾਸ਼ ਉੱਥੇ ਹੋਰ ਪਈ ਅਸੀਂ 10 ਹੋਰ ਲੈ ਜਾਂਗੇ, ਸਾਨੂੰ ਜ਼ਿੰਦਗੀ ਮੌਤ ਤੋਂ ਸਾਨੂੰ ਕੋਈ ਡਰ ਨਹੀਂ ਲੱਗਦਾ ਕਿਉਂਕਿ ਸਾਡੀ ਜ਼ਿੰਦਗੀ ਅਤੇ ਮੌਤ ਜਦੋਂ ਸਾਡੇ ਕੋਲ ਰੁਜ਼ਗਾਰ ਨਹੀਂ ਹੈਗਾ, ਖਾਣ ਨੂੰ ਰੋਟੀ ਨਹੀਂ ਹੈਗੀ, ਸਾਡਾ ਸਾਰਾ ਕੁਛ ਹੀ ਖਤਮ ਹੈ ਅਤੇ ਸਾਡੇ ਕੋਲ ਬਚਿਆ ਹੀ ਕੁਛ ਨਹੀਂ ਹੈ, ਸਾਡੀ ਤਾਂ ਸੜਕਾਂ 'ਤੇ ਲੜਾਈ ਹੈ ਰੋਜ਼ ਦੀ, ਤਾਂ ਸਾਨੂੰ ਇਸ ਗੱਲ ਤੋਂ ਕੋਈ ਡਰ ਨਹੀਂ ਹੈਗਾ, ਡਰ ਉਹਨਾਂ ਨੂੰ ਹੋਣਾ ਚਾਹੀਦਾ ਜਿਨ੍ਹਾਂ ਦਾ ਪਰਿਵਾਰ ਵੀ ਆ, ਜਿਨ੍ਹਾਂ ਦੇ ਬੱਚੇ ਵੀ ਆ ਜਿਹੜੇ ਡਾਂਗਾਂ ਲੈ ਕੇ ਉੱਥੇ ਖੜੇ ਆ ਜਾਂ ਜਿਹੜੇ ਜਿੰਦੇ ਲਾ ਕੇ ਘਰਾਂ ਦੇ ਅੰਦਰ ਬੈਠੇ ਆ, ਡਰ ਉਹਨਾਂ ਨੂੰ ਆ, ਜਿਹੜੇ ਬੇਡਰ ਲੋਕ ਨੇ ਨਾ ਉਹ ਇੱਥੇ ਸੜਕਾਂ 'ਤੇ ਬੈਠੇ ਉਹ ਘਰਾਂ 'ਚ ਜਿੰਦੇ ਲਾ ਕੇ ਨਹੀਂ ਬੈਠੇ ਹੈਗੇ। ਤਾਂ ਬਹੁਤ ਸਾਫ਼ ਗੱਲ ਆ ਵੀ ਅਸੀਂ ਆਪਦਾ ਜਿਹੜਾ ਹੱਕ ਆ ਉਹ ਅਸੀਂ ਕਿਤੇ ਮਰਜ਼ੀ ਭੱਜ ਲੈਣ, ਉਹ ਚਾਹੇ ਫਿਰ ਅਸੀਂ ਜਿੰਦੇ ਤੋੜ ਕੇ ਘਰਾਂ 'ਚੋਂ ਵੀ ਖਿੱਚ ਲਿਆਵਾਂਗੇ, ਉਹ ਅਸੀਂ ਇਹ ਗੁੰਡਾਗਰਦੀ ਡਰਦੇ ਨਹੀਂ ਹੈ। ਅੱਜ ਅਸੀਂ ਇੱਥੇ ਇੱਕ ਪ੍ਰੋਟੈਸਟ ਕਰ ਰਹੇ ਸੀਗੇ ਜਿਸ ਵਿੱਚ ਇੱਕ ਇੰਨਾ ਇਮਾਨਦਾਰ ਮੁਲਾਜ਼ਮ ਨੂੰ ਬੇਇੱਜ਼ਤ ਕਰਕੇ ਇੱਕ ਮੀਟਿੰਗ 'ਚ ਘੱਲਿਆ ਜਾਂਦਾ ਅਤੇ ਉਸ ਤੋਂ ਬਾਅਦ ਉਹ ਇੱਕ ਸਪਰੇ ਪੀ ਕੇ ਆਪਣੀ ਆਤਮ ਹੱਤਿਆ ਕਰ ਲੈਂਦਾ ਹੈ। ਅਤੇ ਇਸ ਪ੍ਰੋਟੈਸਟ 'ਚ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਨੇ ਰਿਸਪੋਂਡ ਕੀਤਾ ਹੈ, ਇਹ ਡਾਂਗਾ ਲੈ ਕੇ ਆਏ ਨੇ, ਇਹਨਾਂ ਨੇ ਸਾਡੇ ਸਾਰੇ ਲੋਕ ਕੁੱਟੇ ਨੇ, ਇਸ ਤਰੀਕੇ ਨਾਲ ਕੁੱਟੇ ਨੇ ਕਿ ਉਹਨਾਂ ਨੇ ਲਹੂ ਵਗਾ ਦਿੱਤਾ, ਇਹਨਾਂ ਨੇ ਕੋਈ ਮਤਲਬ ਇਹਨਾਂ ਨੇ ਇੰਨੀ ਬੇਰਹਿਮੀ ਨਾਲ ਇੱਥੇ ਪੇਸ਼ ਆਏ ਨੇ ਇੱਕ ਸ਼ਾਂਤੀਮਈ ਧਰਨੇ ਨੂੰ ਲੈ ਕੇ, ਨਾ ਇੱਥੋਂ ਦਾ DSP ਪਹੁੰਚਦਾ ਹੈ, ਨਾ ਇੱਥੋਂ ਦੇ ਪੁਲਿਸ ਵਾਲੇ ਪਹੁੰਚਦੇ ਨੇ, 1.5 ਘੰਟਾ ਉੱਥੇ ਉਡੀਕਦੇ ਹਾਂ ਅਸੀਂ, 2 ਘੰਟੇ ਬੈਠੇ ਰਹਿੰਦੇ ਹਾਂ ਲਾਸ਼ ਨੂੰ ਲੈ ਕੇ, ਉਸ ਤੋਂ ਅੱਗੇ ਵੀ ਵੱਧ ਕੇ ਆਉਂਦੇ ਹਾਂ, ਅਸੀਂ ਇੱਕ ਲਾਸ਼ ਨੂੰ ਲਈ ਫਿਰਦੇ ਪਏ ਹਾਂ ਅਤੇ ਇੱਥੋਂ ਦੇ ਲੋਕ ਇੰਨੇ ਕੁ ਮਤਲਬ ਮਜਬੂਰ ਹੋ ਚੁੱਕੇ ਨੇ ਕਿ ਅੱਜ ਹਾਈਵੇ ਤੱਕ ਜਦੋਂ ਜਾਣਾ ਚਾਹੁੰਦੇ ਸੀਗੇ ਤਾਂ ਉੱਥੇ ਵੀ ਪੁਲਿਸ ਨੇ ਲਾਠੀਆਂ ਲੈ ਕੇ ਦੌੜਾਇਆ, ਮਤਲਬ ਲਿਟਰਲੀ ਇੱਥੋਂ ਦੀਆਂ ਔਰਤਾਂ ਨੂੰ ਦੌੜਾਇਆ, ਲਾਠੀਆਂ ਮਾਰੀਆਂ ਨੇ, ਸਾਡੇ ਵਿਦਿਆਰਥੀਆਂ ਨੂੰ ਮਾਰ ਕੇ ਲਹੂ ਲੁਹਾਣ ਕਰਕੇ ਭੇਜਿਆ ਇਹਨਾਂ ਨੇ ਪੂਰੀਆਂ ਲਾਠੀਆਂ ਮਾਰੀਆਂ ਨੇ, ਇਹਨਾਂ ਨੇ ਕੁੜੀਆਂ ਨੇ ਗਲਾਵੇ ਫੜੇ ਨੇ, ਸਾਡੇ ਨਾਲ 3 ਜਿਹੜੀਆਂ ਕੁੜੀਆਂ ਉਹਨਾਂ ਨੇ ਗਲਾਵੇ ਫੜੇ ਨੇ, ਇਹਨਾਂ ਨੇ ਗਾਲਾਂ ਕੱਢੀਆਂ ਨੇ ਮਾਵਾਂ ਭੈਣਾਂ ਦੀਆਂ, ਕੋਈ ਬੇਰਹਿਮੀ ਨਹੀਂ ਦਿਖਾਈ ਇਹਨਾਂ ਨੇ, ਅਤੇ ਨਾ ਹੀ ਇਹਨਾਂ ਦਾ DSP SSP ਜਾਂ ਕੋਈ ਵੀ ਇੱਥੋਂ ਦਾ ਕੋਈ ਬੰਦਾ ਹੋਵੇ ਜਿਹਨੇ ਆ ਕੇ ਰਿਸਪੋਂਸੀਬਿਲਿਟੀ ਲਿੱਤੀ ਹੋਵੇ ਕਿ ਜਿਸ ਇਲਾਕੇ ਵਿੱਚ ਇੰਨੀ ਮੰਦਭਾਗ ਘਟਨਾ ਹੋਈ ਹੈ ਵਾਪਰੀ ਹੈ ਉਸ ਪਰਿਵਾਰ ਨੂੰ ਆ ਕੇ ਮਿਲਿਆ ਜਾਵੇ, ਉਹਨਾਂ ਦੀ ਡਿਮਾਂਡ ਸੁਣੀ ਜਾਵੇ, ਇਸ ਧਰਨੇ ਦੀ ਡਿਮਾਂਡ ਸੁਣੀ ਜਾਵੇ। ਇਹ ਪ੍ਰੋਟੈਸਟ ਮੈਂ ਅੱਜ ਸਵੇਰੇ ਇੱਥੇ ਪਹੁੰਚੀ ਹਾਂ, ਸਾਡੀ ਜਥੇਬੰਦੀ ਦੇ ਵਿਦਿਆਰਥੀ ਹੋਰ ਵੀ ਕੱਲ੍ਹ ਦੇ ਇੱਥੇ ਜੁੜੇ ਹੋਏ ਸੀਗੇ, ਕੱਲ੍ਹ ਦੇ ਇੱਥੇ ਪਹੁੰਚੇ ਹੋਏ ਸੀਗੇ, ਅੱਗੇ ਦੀ ਰਣਨੀਤੀ ਇਹੀ ਹੈ, ਅਸੀਂ ਬੜੇ ਸ਼ਾਂਤੀਮਈ ਪ੍ਰੋਟੈਸਟ ਕਰ ਰਹੇ ਸੀਗੇ ਕਿ ਉੱਥੇ ਆਉਣ, ਮੀਟਿੰਗ ਕਰਨ, ਇੱਕ ਕਮੇਟੀ ਬਣਾਈ ਗਈ ਹੈ ਜਿਸ ਕਮੇਟੀ ਦੇ ਮੈਂਬਰ ਇਹਨਾਂ ਨੂੰ ਸ਼ਾਂਤੀਮਈ ਤਰੀਕੇ ਨਾਲ ਮਿਲਣਾ ਚਾਹੁੰਦੇ ਸੀ, ਅਤੇ ਪ੍ਰੋਟੈਸਟ ਬਹੁਤ ਹੀ ਆਰਾਮ ਨਾਲ ਇੱਕ ਪਾਸੇ ਦੇ ਖੂੰਜੇ ਤੇ ਇੱਕ ਸੜਕ ਤੇ ਹੋ ਰਿਹਾ ਸੀ, ਪਰ ਇਹਨਾਂ ਤੋਂ ਵੀ ਜਿਵੇਂ ਕਿ ਅਸੀਂ ਦੇਖਿਆ ਹੀ ਆ ਲਗਾਤਾਰ ਇਹਨਾਂ ਨੂੰ ਇਹ ਰਿਸਪੋਂਡ ਨਹੀਂ ਕਰਦੇ, ਇਹ ਕੋਈ ਉਹਨਾਂ 'ਚੋਂ ਪਤਾ ਲੈਣ ਨਹੀਂ ਆਇਆ, ਕਿਸੇ ਨੇ ਵੀ ਗੱਲ ਨਹੀਂ ਸੁਣੀ, ਬਲਕਿ ਲਾਠੀਆਂ ਮੰਗਾ ਕੇ ਹੋਰ ਪੁਲਿਸ ਵਾਲੇ ਬੁਲਾ ਲਏ, ਇੰਨੇ ਬਦਤਮੀਜ਼ੀ ਨਾਲ ਉਹਨਾਂ ਨੇ ਕੁੜੀਆਂ ਦੇ ਗਲਾਵੇਂ ਫੜੇ ਨੇ, ਗਾਲਾਂ ਕੱਢੀਆਂ ਨੇ, ਅਤੇ ਉਹ ਲੋਕਾਂ ਨੂੰ ਜਿਹੜਾ ਹੈਗਾ ਇੱਥੋਂ ਡਿਸਪਰਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਤਾਂ ਉਸ ਪਿੰਡਾਂ ਦੇ ਲੋਕ ਹੀ ਸੀਗੇ, ਇਹ ਉਸ ਇਮਾਨਦਾਰ ਆਦਮੀ ਦੇ ਨਾਲ ਖੜੇ ਹੋਣ ਵਾਲੇ ਲੋਕ ਹੀ ਸੀਗੇ, ਜਥੇਬੰਦੀਆਂ ਹੀ ਸੀਗੀਆਂ ਜਿਹੜੀਆਂ ਇੱਥੇ ਇੰਨੇ ਮਤਲਬ ਹੜ ਵਾਂਗੂ ਆ ਗਈਆਂ ਅਤੇ ਇਹਨਾਂ ਪੁਲਿਸ ਵਾਲਿਆਂ ਨੂੰ ਜਵਾਬ ਦੇਣ ਨੂੰ ਇੱਥੇ ਖੜੀਆਂ ਸੀ। ਕੀ ਚਾਹੁੰਦੇ ਹੋ? ਸਾਡੀ ਡਿਮਾਂਡ ਇਹੀ ਆ ਕਿ ਜਿਹੜੀਆਂ ਕਮੇਟੀ ਨੇ ਡਿਮਾਂਡਸ ਫਾਰਮੂਲੇਟ ਕੀਤੀਆਂ ਹੋਈਆਂ ਨੇ, ਜਿਨ੍ਹਾਂ ਵਿੱਚੋਂ ਇਹ ਕਿ ਜਿਹੜੇ ਉਹ 4 ਕਾਤਲ ਨੇ ਜਿਹੜੇ ਉਹ ਮੈਂਬਰ ਸੀ, ਮੈਂਬਰ ਦੇ ਪ੍ਰਧਾਨ ਗੁਰਜੰਟ, ਸੰਜੀਵ ਕੁਮਾਰ ਅਤੇ ਹੋਰ ਜਿਹੜੇ 2 ਨੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਅਰੈਸਟ ਕੀਤਾ ਜਾਵੇ, ਚਾਰੋਂ ਦੇ ਚਾਰੋਂ ਭੱਜੇ ਹੋਏ ਨੇ, ਇਹ ਪੁਲਿਸ ਵਾਲਿਆਂ ਤੋਂ ਫੜਿਆ ਨਹੀਂ ਗਿਆ ਇੱਕ ਵੀ, ਇਹ ਇੰਨੇ ਨਿਕੰਮੇ ਨੇ, ਇਹਨਾਂ ਤੋਂ ਇੱਕ ਵੀ ਨਹੀਂ ਫੜਿਆ ਗਿਆ, ਅਤੇ ਇੱਥੇ ਮਾਸੂਮ ਲੋਕ ਜਿਹੜੀ ਡਿਮਾਂਡ ਲੈ ਕੇ ਆਏ ਨੇ, ਜਿਹੜੀ ਆਪਣੇ ਮਰੇ ਦੀ ਲਾਸ਼ ਨੂੰ ਲਈ ਫਿਰਦੇ ਨੇ, ਉਹਨਾਂ ਨੂੰ ਇਹ ਡਾਂਗਾ ਮਾਰਨ ਨੂੰ ਤਿਆਰ ਬੈਠੇ ਨੇ, ਉਹਨਾਂ ਲਈ ਇਹ ਬੱਸਾਂ ਭਰਨ ਨੂੰ ਤਿਆਰ ਬੈਠੇ ਨੇ। ਦੂਸਰੀ ਸਾਡੀ ਡਿਮਾਂਡ ਹੈਗੀ ਆ ਜਿਹੜੀ ਕਿ ਇਸ ਸਾਰੇ ਪ੍ਰੋਸੈਸ ਨੂੰ ਛੇਤੀ ਕਰਕੇ ਅਤੇ ਜਿਹੜੇ ਉਹਨਾਂ ਦੇ ਹੋਰ ਵੀ ਉਹਨਾਂ ਨੂੰ ਜਿਹੜਾ ਇੱਕ ਮੁਆਵਜ਼ਾ ਦੇਣਾ ਹੈ ਉਹ ਵੀ ਦਿੱਤਾ ਜਾਵੇ, ਅਤੇ ਹੋਰ ਵੀ 2 ਡਿਮਾਂਡਸ ਹੈਗੀਆਂ ਨੇ ਜਿਹੜੀਆਂ ਕਿ ਕਮੇਟੀ ਨੇ ਫਾਰਮੂਲੇਟ ਕੀਤੀਆਂ ਨੇ, ਪਰ ਇਹ ਕੋਈ ਵੀ ਡਿਮਾਂਡ ਸੁਣਨ ਨੂੰ ਇੱਥੇ ਮੌਜੂਦਾ ਪਹੁੰਚ ਨਹੀਂ ਰਿਹਾ, ਬਲਕਿ ਸਿਰਫ ਡਾਂਗਾ ਲੈ ਕੇ ਆ ਰਿਹਾ। ਹਾਈਵੇ ਬਲੋਕ ਕਰਨਾ ਸੀ, ਉਸ ਤੋਂ ਪਹਿਲਾਂ ਇਹਨਾਂ ਨੇ 2 ਵਾਰਾਂ ਰੋਕਿਆ, ਡਾਂਗਾ ਮਾਰੀਆਂ ਨੇ, ਤਾਂ ਇਹ ਇੱਕ ਵਰਤਾਵਾ ਹੈ ਜਿਹੜਾ ਪੰਜਾਬ ਪੁਲਿਸ ਉਹਨਾਂ ਲੋਕਾਂ 'ਤੇ ਕਰਦੀ ਹੈ ਜਿਹੜੀ ਆਪਣੇ ਹੱਕਾਂ ਨੂੰ ਲੈ ਕੇ ਅੱਗੇ ਆਉਂਦੇ ਨੇ। ਉੱਧਰ ਇਸ ਮਾਮਲੇ ਸੰਬੰਧੀ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਦਾ ਉਹੀ ਰਟਿਆ ਰਟਾਇਆ ਜਵਾਬ ਸਾਹਮਣੇ ਆਏ ਕਿ ਮਾਮਲਾ ਦਰਜ ਕਰ ਦੋਸ਼ੀਆਂ ਖਿਲਾਫ ਛੇਤੀ ਕਾਰਵਾਈ ਕੀਤੀ ਜਾਵੇਗੀ। ਅਸੀਂ FIR ਪਰਚਾ ਦਰਜ ਕਰਤਾ ਦੋਸ਼ੀਆਂ ਨੂੰ, ਜਿਹੜੀਆਂ ਮਤਲਬ ਵੱਖ ਵੱਖ ਪਾਰਟੀਆਂ ਫੜ ਲਈ ਭੇਜਦੀਆਂ, ਬਾਕੀ ਜਿਹੜੀ ਕੋਈ ਟੈਕਨੀਕਲੀ ਹੈਗੀ ਆ ਉਹ ਵੀ ਅਸੀਂ ਉਸ ਬੇਸ 'ਤੇ ਵੀ ਕੰਮ ਕਰ ਰਹੇ ਹਾਂ, ਜਲਦੀ ਦੋਸ਼ੀਆਂ ਨੂੰ ਫੜ ਕੇ ਪੇਸ਼ ਅਦਾਲਤ ਕੀਤਾ ਜਾਵੇਗਾ। ਕੀ ਮਾਮਲਾ ਦਰਜ ਕੀਤਾ? ਅਤੇ
ਉਹ ਮੰਗਾਂ ਅਸੀਂ ਉਹਨਾਂ ਦੀਆਂ ਮੰਨ ਲਈਆਂ ਨੇ ਅਤੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈਗਾ ਜੀ ਅਤੇ ਉਹ ਤੋਂ ਬਾਅਦ ਹੁਣ ਉਹ ਮਹਿਲਾ ਦਾ ਕਨਵੈਨਸ਼ਨ ਸਭਾ ਕਰਨਗੇ ਧਰਨਾ ਉਹਨਾਂ ਨੇ ਚੱਕ ਲਿਆ ਹੈਗਾ ਕਿ ਮੰਗਾਂ ਨੌਕਰੀ ਸੀ ਜੀ ਵਾਰਸਾਂ ਵਾਸਤੇ ਇੱਕ ਵਾਰਸ ਇੱਕ ਜੋ ਇਹਨਾਂ ਦੇ ਮਤਭੇਦ ਜਿਸ ਚੀਜ਼ ਤੋਂ ਖੜ੍ਹੇ ਹੋਏ ਸੀ ਵੀ ਕੁਛ ਬਿੱਲ ਪੈਂਡਿੰਗ ਸੀਗੇ ਉਹ ਉਹਨਾਂ ਨੂੰ ਜਿਹੜੇ ਵੀ ਜੁਆਇੰਟ ਰਜਿਸਟਰਾਰ ਜਿਨ੍ਹਾਂ ਨੇ ਮਨਜ਼ੂਰ ਕਰਨਾ ਹੈਗਾ ਉਹਨਾਂ ਕੋਲ ਭੇਜਣ ਬਾਰੇ ਇੱਕ ਇਹਨਾਂ ਵੱਲੋਂ ਕਰਵਾਏ ਕੰਮਾਂ ਦੀ ਨਿਰਪੱਖ ਜਾਂਚ ਵਾਸਤੇ ਅਸੀਂ ਕਮੇਟੀ ਗਠਿਤ ਕਰਤੀ ਹੈਗੀ ਹੈ ਅਤੇ ਚੌਥਾ ਇਹਨਾਂ ਦਾ ਸੀਗਾ ਐਟਰੋਸਟੀਜ਼ ਐਕਟ ਦੇ ਅਧੀਨ ਜੋ ਇਹਨਾਂ ਨੂੰ ਰਿਲੀਫ ਜਾਂ ਮੁਆਵਜ਼ਾ ਬਣਦਾ ਉਹ ਤੁਰੰਤ ਰਿਲੀਜ਼ ਕਰਨ ਦਾ ਉਹ ਸਾਰਾ ਅਸੀਂ ਕਰਤਾ ਹੈਗਾ ਐਗਰੀ ਸਾਰੇ ਮਹਿਕਮਿਆਂ ਨੂੰ ਇੰਸਟਰਕਟ ਕਰਤਾ ਹੈਗਾ ਕਿ ਉਹ ਤੁਰੰਤ ਕਾਰਵਾਈ ਕਰਨ ਜੋ ਲੋਅ ਅਨੁਸਾਰ ਜੋ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਹੈ ਉਹ ਉਹ ਮੈਂ ਥੋੜ੍ਹਾ ਬਾਅਦ 'ਚ ਆਇਆ ਹੈਗਾ ਜੀ ਮੇਰੇ ਤੋਂ ਪਹਿਲਾਂ ਸ਼ਾਇਦ ਕੁਛ ਐਕਟੀਵਿਟੀ ਹੋਈ ਹੈ ਹਾਂ ਕੋਈ ਗੱਲ ਨਹੀਂ ਉਹ ਜਾਂਚ ਕਰਵਾਵਾਂਗੇ ਉਹਦੀ ਜੋ ਸਹੀ ਹੈ ਉਹ ਹੋਏਗਾ ਹੁਣ ਧਰਨਾ ਚੱਕਿਆ ਗਿਆ ਸੀ ਹਾਂ ਜੀ ਹਾਂ ਧਰਨਾ ਚੱਕ ਲਿਆ ਪੀੜਤ ਪਰਿਵਾਰ ਮੁਤਾਬਕ ਸਹਿਕਾਰੀ ਵਿਭਾਗ ਦੇ ਮੈਨੇਜਰ ਹਰਮੇਲ ਸਿੰਘ ਨੇ ਸੋਸਾਇਟੀ ਦੇ 4 ਅਧਿਕਾਰੀਆਂ ਤੋਂ ਤੰਗ ਪਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ ਸੀ ਤੇ ਮ੍ਰਿਤਕ ਦੇ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਧਨੌਲਾ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਲਾਸ਼ ਧਨੌਲਾ ਦੇ ਬੱਸ ਸਟੈਂਡ ਤੇ ਰੱਖ ਕੇ ਜਾਮ ਲਗਾ ਦਿੱਤਾ ਅਤੇ ਬਾਅਦ ਵਿੱਚ ਉਸ ਲਾਸ਼ ਨੂੰ ਬਠਿੰਡਾ ਚੰਡੀਗੜ੍ਹ ਹਾਈਵੇ ਤੇ ਲਿਜਾ ਕੇ ਜਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਚਲਦੇ ਪੁਲਿਸ ਨੂੰ ਲਾਠੀ ਚਾਰਜ ਕਰਨਾ ਪਿਆ ਖੈਰ ਇਸ ਦੇ ਨਾਲ ਹੀ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਸਖਤ ਕਾਰਵਾਈ ਕੀਤੀ ਜਾਵੇ ਖੈਰ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਹੁਣ ਇਸ ਮਾਮਲੇ ਤੇ ਕਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਕਰਦੀ ਹੈ ਬਰਨਾਲਾ ਤੋਂ ਪ੍ਰਵੀਨ ਬਿਸ਼ੀ ਦੀ ਰਿਪੋਰਟ ਚੈਨਲ ਪੰਜਾਬ